ਹਰ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਸਮਰਥਕਾਂ ਦੀ ਹੌਸਲਾ ਅਫਜ਼ਾਈ ਹੁਣ ਕਰਦੇ ਹੋਏ ਨਜ਼ਰ ਆਏ। ਸਾਬਕਾ ਸੀਐਮ ਬਾਦਲ ਨੇ ਕਿਹਾ ਕਿ ਕੇਂਦਰ ਦੇ ਵਿੱਚ ਸਰਕਾਰ ਉਹਨਾਂ ਦੀ ਹੈ ਤੇ ਨੌਕਰਸ਼ਾਹੀ ਤੇ ਉਹਨਾਂ ਦੀ ਪਕੜ ਵੀ ਮਜ਼ਬੂਤ ਹੈ, ਇਸ ਲਈ ਉਹਨਾਂ ਦੇ ਸਮਰਥਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪਾਰਟੀ ਆਪਣੇ ਵਰਕਰਾਂ ਦੇ ਨਾਲ ਖੜੀ ਹੈ, ਨਾਲ ਹੀ ਸਾਬਕਾ ਮੁੱਖ ਮੰਤਰੀ ਸੂਬੇ ਦੀ ਜਨਤਾ ਨੂੰ ਐਸ ਵਾਈ ਐਲ ਦੇ ਮੁੱਦੇ ਉੱਤੇ ਵੀ ਅਲਰਟ ਯਾਨੀ ਕਿ ਸੁਚੇਤ ਕਰਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਐਸ ਵਾਈ ਐਲ ਦੇ ਲਈ ਤਿਆਰ ਰਹੇ ਸੂਬੇ ਦੀ ਜਨਤਾ। इस ਨਾਲ ही प्रकाश सिंह बादल ने नशे के मुद्दे से भी भगवंत मान से तंज कसिया ते अपने हल्के लंबी के लोगों को जितने लिए धन्यवाद भी किया। हर तरह जो तगड़े हाँ, सेंटर च अपनी सरकार है, सूबे 15 साल हो गए मैं राज करे, अफसर सारे मित्र ने, इन्हों अजे भी तगड़े, कोई फर्क नहीं पाई। जो खुद नशेबंदी नशा रोज पीता हो भगवंत मान, मेरे ख्याल 2 बोतल रोज दिया गुरुद्वारे भी मैं साथियों के गुरुद्वारे चो कराब पी के आया। पार्लीमेंट का रिकॉर्ड है कि उथे जरा नाल एम पी बड़ा सियाना बंदा सी, ਉਹ ਸਪੀਕਰ ਅੱਗੇ ਹੱਥ ਕਰਕੇ ਖੜਾ ਹੋ ਗਿਆ, ਕਹਿੰਦਾ ਦੱਸੋ ਕੀ ਗੱਲ ਹੈ, ਕਹਿੰਦਾ ਜੀ ਮੇਰੀ ਸੀਟ ਬਦਲ ਦਿਓ, ਮੈਂ ਇਹਦੇ ਨਾਲ ਨਹੀਂ ਬੈਠਣਾ, ਉਹਦੇ ਕੀ ਗੱਲ ਹੈ, ਕਹਿੰਦਾ ਜੀ ਮੈਨੂੰ ਬਦਬੂ ਹੀ ਆਈ ਜਾਂਦੀ ਸਾਰਾ।